ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਕਰਨ ਸੀ। ਜਿੱਦਾਂ ਕਿ ਤੁਹਾਨੂੰ ਪਤਾ ਲੱਗ ਗਿਆ ਹੋਣਾ, ਆਪਾਂ ਯੂਕੇ ਪਹੁੰਚ ਚੁੱਕੇ ਹਾਂ ਅਤੇ ਆਪਣਾ ਇਹ ਦੂਜਾ ਵਲੋਗ ਆ ਯੂਕੇ ਦਾ, ਠੀਕ ਆ। ਅਤੇ ਆਪਾਂ ਲੈਣ ਜਾ ਰਹੇ ਹਾਂ ਰਾਸ਼ਨ, ਰਾਸ਼ਨ ਆਪਾਂ ਕਾਹਦੇ 'ਤੇ ਲੈਣ ਜਾ ਰਹੇ, ਤੁਹਾਨੂੰ ਦਿਖਾਉਂਦੇ ਆਪਣੀ ਮਿੰਨੀ ਸਕੋਰਪੀਓ। ਇਹ ਆ ਮਿੰਨੀ ਸਕੋਰਪੀਓ, ਜੇ ਕਿਸੇ ਕੋਲ ਇੱਥੇ ਕਾਰ ਕੂਰ ਨਹੀਂ ਹੈਗੀ ਤਾਂ ਫਿਰ ਭਾਈ ਰਾਸ਼ਨ ਲੈਣ ਜਾਣਾ ਤਾਂ ਇਹਦੇ 'ਤੇ ਜਾਣਾ ਪੈਂਦਾ ਵਾ। ਇੱਕ ਆਹ ਆਪਣੇ ਨਾਲ ਟੋਪੀ ਵਾਲਾ, ਇੱਕ ਆਹ ਆਪਣੇ ਨਾਲ ਟੋਪੀ ਵਾਲਾ। ਕਿੱਦਾਂ ਫਿਰ ਕਿੱਦਾਂ ਲੱਗ ਰਿਹਾ ਇਹਨੂੰ, ਸਾਲ ਹੋ ਜਾਣਾ 13 ਤਰੀਕ ਨੂੰ। ਬਹੁਤ ਵਧੀਆ, ਨਜ਼ਾਰੇ ਲੈ ਰਹੇ। ਜ਼ਿੰਦਗੀ ਜੀ ਰਹੇ, ਵਧੀਆ ਚੱਲ ਰਿਹਾ ਕੰਮ ਕਾਰ? ਅੱਛਾ, ਪੌਂਡ ਕੁੱਟ ਰਹੇ ਹਾਂ, ਠੀਕ ਆ। ਕਰੋਸਿੰਗ ਕਰਾਂਗੇ ਲੈਟਾਂ, ਲੈਟਾਂ ਫਿਰ ਵੀ ਆਪਾਂ ਉੱਪਰ ਸੋਚੇ ਲੰਘ ਜਾਵਾਂਗੇ। ਆਹ ਵੀ ਵਲੋਗਰ ਆ ਮੁੰਡਾ, ਪਰ ਸ਼ਰਮਾਉਂਦਾ ਵਾ ਥੋੜ੍ਹਾ ਥੋੜ੍ਹਾ, ਕੀ ਕਰੇ ਹੁਣ ਬੰਦਾ। ਮੂੰਹ ਦਿਖਾ ਵਲੋਗਰਾ, ਇਹ ਬੜਾ ਦਿਖਾ। ਕੱਲ ਵਨ ਵਲੋਗ ਬਣਾਇਆ ਨੇ, ਫਸਟ ਵਲੋਗ। ਵੈਸੇ ਤੇ ਆ ਬੱਤੀਆਂ ਸੋਚ ਨੱਪ ਕੇ ਕ੍ਰੋਸ ਕਰੀ ਦੀਆਂ, ਪਰ ਸਾਡਾ ਪਤਾ ਕਿਵੇਂ ਲੱਗਣਾ ਪੰਜਾਬ ਤੋਂ ਆਏ? ਆਹੋ, ਕਿੱਥੋਂ ਪਤਾ ਲੱਗਣਾ ਕਿ ਅਸੀਂ ਪੰਜਾਬ ਤੋਂ ਆਏ ਆ? ਅਸੀਂ ਐਦੇ ਲੰਘ ਜੀਦਾ ਇੱਥੋਂ। ਆਹੋ, ਬਸ ਇੱਦਾਂ ਹੀ ਚੱਲੀ ਜਾਂਦੀ ਜ਼ਿੰਦਗੀ। ਜਦੋਂ ਦਿਹਾੜੀਆਂ 'ਤੇ ਜਾਣ ਲੱਗ ਪਏ, ਫਿਲਹਾਲ ਛੁੱਟੀਆਂ ਚੱਲਦੀਆਂ ਵਾ, ਜਦੋਂ ਦਿਹਾੜੀਆਂ 'ਤੇ ਜਾਣ ਲੱਗ ਪਏ ਫਿਰ ਕੁਛ ਜ਼ਿਆਦਾ ਵਧੀਆ ਲੱਗਣਾ। ਦੇਖੋ ਜਿੱਦਾਂ ਕਿ ਨਾ ਇੱਥੇ ਅਗਰ ਆਪਾਂ ਰੇੜੀ ਲੈਣੀ ਹੈ ਸ਼ੋਪਿੰਗ ਕਰਨ ਵਾਲੀ, ਇੱਥੇ ਇੱਕ ਪੌਂਡ ਪਾਉਣਾ ਪੈਂਦਾ। ਇੱਕ ਪੌਂਡ ਪਾਇਆ, ਲੋਕ ਖੁੱਲ ਗਿਆ ਸਾਨੂੰ। ਜਿੱਦਾਂ ਕਿ ਖੁੱਲੀ ਮਿਲ ਵੀ ਗਈ ਸੀ, ਪਰ ਅਸੀਂ ਤੁਹਾਨੂੰ ਦਿਖਾਉਣ ਲਈ ਇੱਕ ਪੌਂਡ ਫਿਰ ਖਰਚਿਆ, ਮਤਲਬ 100 ਰੁਪਈਆ ਇੰਡੀਆ ਦਾ ਖਰਚਿਆ। ਮੈਨੂੰ ਖੁਸ਼ ਹੋਇਆ ਪੂਰਾ, ਕਿ ਨਹੀਂ? ਲਓ ਜੀ, ਹੈਂ ਵੱਡੀ ਤਾਂ ਨਹੀਂ ਚੱਕਣੀ? ਕੀ ਵੱਡੀ? ਰੇੜੀ? ਨਾ ਨਾ, ਆ ਜਾ ਬਹੁਤ, ਆ ਜਾਓ ਭਾਈ, ਦਿਖਾਈਏ ਤੁਹਾਨੂੰ ਇੱਥੇ। ਬਹੁਤਿਆਂ ਨੇ ਤਾਂ ਦੇਖਿਆ ਵੀ ਹੋਣਾ ਵਾ, ਪਰ ਆਪਾਂ ਅੱਜ ਦਿਖਾਈਏ ਫਿਰ ਦੁਬਾਰਾ ਤੋਂ। ਕੀ ਲੈਣੇ? ਨੈਨਾ ਕੇਲੇ ਵੀ ਲੈਣੇ ਆ। ਸ਼ੋਪਿੰਗ ਕਰਦਾ ਮੁੰਡਾ ਘਰ ਗ੍ਰਸਤੀ ਦੀ, ਹੈ ਨਾ। ਇਹ ਤਾਂ ਵਿਚਾਰਾ ਉਈ ਦੁਖੀ ਰਹਿੰਦਾ, ਪਤਾ ਨਹੀਂ ਕੀ ਹੋਇਆ ਇਹਨੂੰ। ਸਾਰੇ ਗਏ ਹਾਂ, ਮੱਥਾ ਟੇਕ ਕੇ ਆਏ ਹਾਂ ਕੱਲ, ਟੈਨਸ਼ਨ ਆ ਜਾ। ਦੇਖ ਲਓ ਭਾਈ ਕੇਲੇ, ਆਹ ਲਿਖੋ ਜੀ 95 ਫਿਲਿਸ ਦਾ ਅਨਾਰ, ਇੱਕ 95 ਪੈਨੀਆਂ, ਸੋਰੀ 95 ਪੈਨੀਆਂ ਦਾ ਇੱਕ ਅਨਾਰ, ਮਤਲਬ ਕਿ ਇੱਕ ਪੌਂਡ ਤੋਂ ਥੋੜ੍ਹਾ ਜਿਹਾ ਸਸਤਾ, 5 ਪੁਆਇੰਟ ਨਾ। ਆਹ ਦੇਖ ਲਓ ਭਾਈ, ਸਾਰੀਆਂ ਡਰਿੰਕ, ਵਾਈਨ, ਬੀਅਰ, ਦਾਰੂ, ਸਾਰਾ ਕੁਛ ਇੱਧਰ ਉਹੀ ਆ। ਕਿਹੜੇ ਬਿਸਕੁਟ? ਇੱਥੇ ਜਿੱਦਾਂ ਕਿ ਹਰ ਇੱਕ ਸਟੋਰ 'ਤੇ ਦਾਰੂ ਮਿਲ ਜਾਂਦੀ ਆ, ਵਾਈਨ, ਦਾਰੂ, ਸਾਰਾ ਕੁਛ। ਦੇਖੋ ਦੇਖ ਲੋ ਬਾਈ, ਇੱਥੇ ਸਟੋਰ ਹਰ ਇੱਕ ਇਨਸਾਨ, ਕੋਈ ਗਰੀਬ ਆ ਚਾਹੇ ਅਮੀਰ ਆ, ਆਹੀ ਸਟੋਰ ਦੇ ਵਿੱਚੋਂ ਲੈਣ ਆਉਂਦਾ ਸਮਾਨ। ਏਦਾਂ ਦੇ ਸਟੋਰਾਂ 'ਚੋਂ, ਇਹ ਨਹੀਂ ਕਿ ਥੱਲੇ ਸਾਈਡ 'ਤੇ, ਇੱਦਾਂ ਨਹੀਂ ਕਿ ਉੱਥੇ ਫੜੀ ਲੱਗੀ ਹੋਊਗੀ ਅਤੇ ਫੜੀ ਤੋਂ ਜਾ ਕੇ ਗਰੀਬਾਂ ਨੇ ਲੈਣੇ ਸਾਡੇ ਵਰਗਿਆਂ ਨੇ। ਅਸੀਂ ਵੀ ਇੱਥੇ ਅਮੀਰ ਵਾਲੀ ਫੀਲਿੰਗ ਲੈਂਦੇ ਪੂਰੀ, ਕਿ ਨਹੀਂ? ਆਹੋ, ਸਾਰੇ ਸੇਮ ਆ। ਆਹ ਦੇਖੋ ਕਿੱਡਾ ਘੈਂਟ ਆ, ਇਹ ਮੁੰਡਾ ਹੁਣ ਖਰੀਦੂਗਾ ਅੰਡੇ। ਵੱਡੀ ਦੇ ਲੈ ਇੱਕੋ ਵਾਰ 'ਚ, ਵੱਡੀ ਆਈ ਨਹੀਂ। ਦੇਖੋ ਅੰਡਿਆਂ ਦੀ ਪੈਕਿੰਗ, ਚਾਰ ਚਾਰ ਅੰਡੇ, ਛੇ ਛੇ ਦੇਖਦੇ ਮਿੱਠੇ। ਇੱਕ ਮਿੰਟ ਲੋਕ, ਇਹਨਾਂ ਨੂੰ ਬਿੱਲ ਅਸੀਂ ਆਪ ਹੀ ਪੇ ਕਰ ਦੇਣਾ, ਇੱਥੇ ਆਹ ਸਮਾਨ ਸਕੈਨ ਕਰੀ ਜਾਣਾ। ਆਹ ਦੇ ਮੁੰਡਾ ਦੇਖੋ, ਪੜ੍ਹਿਆ ਲਿਖਿਆ ਮੁੰਡਾ, ਇੱਦਾਂ ਦੀ ਗੱਲ ਨਹੀਂ ਆ। ਚੱਲ ਇੱਦਾਂ ਫਿਰ ਆਪਾਂ ਆਪ ਹੀ ਬਿੱਲ ਪੇ ਕਰ ਦੇਣਾ ਇਹਨਾਂ ਨੂੰ ਕਾਰਡ ਤੋਂ।
ਰੱਖਣਾ ਹੀ, ਆਪੇ ਵੀ ਕਰ ਸਕਦੇ ਹਾਂ ਅਤੇ ਉੱਧਰੋਂ ਵੀ ਉਹਨਾਂ ਨੇ ਰੱਖਿਆ ਹੋਇਆ ਵਾ ਆਪ ਵੀ, ਮਤਲਬ ਉਹਨਾਂ ਜਿਹੜਾ ਆਪੇ ਕਰਨਾ। ਹਾਂ ਜੇ ਬੰਦੇ ਨੂੰ ਲੱਗੇ ਲਾਈਨ ਜ਼ਿਆਦਾ ਲੰਬੀ, ਮੈਂ ਇੱਧਰੋਂ ਆਪ ਕਰ ਲਵਾਂ ਫਿਰ ਆਪ ਕਰ ਲਓ, ਜੇ ਉੱਧਰੋਂ ਕਰਾਉਣਾ ਉੱਧਰੋਂ ਕਰਾ ਲਓ, ਕੋਈ ਇਸ਼ੂ ਨਹੀਂ ਆ, ਸਹੀ ਹੈ ਨਾ। ਇਹ ਵੀ ਵਧੀਆ ਵਾ, ਇੱਥੇ ਨਹੀਂ ਤਾਂ ਲਾਈਨਾਂ 'ਚ ਲੱਗੇ ਰਹੋ ਐਡੀਆਂ ਵੱਡੀਆਂ ਦੇ ਵਿੱਚ। ਮੇਰਾ ਸਮਾਨ ਜ਼ਿਆਦਾ ਫੈਲਾਓ ਦੇ ਦੇ। ਕਿੰਨਾ ਸਮਾਨ ਤੇਰਾ? ਇੱਥੇ ਦੇਖੋ ਉੱਪਰ ਆਪਣੀ, ਉਹ ਵੀ ਆਊਗੀ ਵੀਡੀਓ ਵੀ, ਉਹ ਦੇਖੋ ਸਾਹਮਣੇ ਆ ਰਹੇ ਨਾ ਆਪਾਂ, ਬਿੱਲ ਵੀ ਇਹੀ ਬੰਦਾ ਕਰਾ ਰਿਹਾ ਬਿੱਲ, ਹੈ ਨਾ, ਜਿੱਦਾਂ ਇਹਦੀ ਵੀ ਆ ਰਹੀ ਆ ਉਹ ਸਾਹਮਣੇ। ਸਹੀ ਆ, ਗੁੱਡ ਆ। ਇਹ ਮੁੰਡਾ ਬੜਾ ਦੁਖੀ ਜਿਹਾ ਲੱਗ ਰਿਹਾ, ਕੀ ਹੋਇਆ ਤੈਨੂੰ, ਕੀ ਹੋਇਆ ਮੈਨੂੰ ਦੱਸੇਗਾ ਮਾੜਾ ਜਿਹਾ? ਕੁਛ ਨੀ। ਫਿਰ ਦੁਖੀ ਜਿਹਾ ਕਿਉਂ ਆ ਤੂੰ? ਕੰਮ ਨੀ ਮਿਲਣ ਡਿਆ, ਨਹੀਂ ਰਿਹਾ ਕੰਮ। ਕੀ ਨੀ ਹੋਇਆ? ਕੀ ਹੋਇਆ? ਕੰਮ ਦੀ ਟੈਨਸ਼ਨ, ਕੰਮ ਨੀ ਮਿਲਣ ਡਿਆ। ਕੰਮ ਦੀ ਟੈਨਸ਼ਨ, ਗਲੀਆਂ 'ਚ ਧੱਕੇ ਖਾਈ ਜਾਂਦਾ ਵਾ। 10 ਮਿੰਟ ਦਾ ਕੰਮ ਹੁੰਦਾ ਵਾ ਸ਼ੋਪਿੰਗ ਕਰਨਾ ਜਾਂ ਸਬਜ਼ੀਆਂ ਖਰੀਦਣੀਆਂ। ਆਹ ਦੇਖੋ ਮਿੰਨੀ ਫੋਰਚੂਨਰ ਸਾਡੀ ਭਰ ਲਈ ਆਪਾਂ, ਅਤੇ ਘੰਟੇ 2 ਲਾ ਦਈਏ ਘਰੇ ਜਾ ਕੇ। ਆਹ ਦੇਖੋ ਭਰਾ ਦਾ ਡੋਲਾ, ਇਹੀ ਹੈ ਇਹੀ। ਆਪਾਂ ਸਮਾਨ ਰਾਸ਼ਨ ਖਰੀਦ ਲਿਆ ਸਾਰਾ, ਆਹ ਦੇਖੋ ਸਕੋਰਪੀਓ ਰੋੜਦੇ ਪਏ ਆਪਣੀ, ਇਹੀ ਫੋਰਚੂਨਰ ਸਕੋਰਪੀਓ ਜਿਹੜੀ ਜੋਕੀ ਦੇਖ ਲਾ, ਕੀ ਦਿਖਾਉਣਾ। ਦਿਖਾ ਕੀ ਦਿਖਾਉਣ ਲੱਗੇ? ਲਓ ਭਾਈ ਇੱਥੋਂ ਫਰੂਟ ਖਰੀਦਣ ਲੱਗਾ ਮੁੰਡਾ। ਹਾਂ ਭਾਈ ਕੀ? ਚੁਕੰਦਰ ਲੈ ਲਾ ਜੇ ਖਾਣੀ ਤਾਂ, ਚੁਕੰਦਰ ਹੈ। ਆਹ ਦੇਖ ਲਓ ਕਿੱਦਾਂ ਲਾਇਆ ਡੱਬਿਆਂ 'ਚ ਸਮਾਨ ਵੇਚਣ ਨੂੰ। ਕਮਿਊਨਿਟੀ ਸਾਈਕਲ ਸੈਂਟਰ, ਆ ਵੀ ਮੁੰਡਾ ਬਲੌਗ ਬਣਾਉਂਦਾ ਪਰ ਸ਼ਰਮਾ ਆ ਜਾਂਦਾ। ਗੱਲ ਕੀ ਹੈ, ਸ਼ਰਮਾਉਂਦਾ ਕਿਉਂ ਆ? ਕੰਮ ਕਰਾਂਗੇ ਨਾ ਫਿਰ ਪੈਸੇ ਮਿਲਣਾ। ਹਾਂ ਹਾਂ, ਹਜੇ ਤੇ ਮਿਹਨਤ ਕਰਨੀ ਪੈਣੀ ਫਿਰ ਪੈਸੇ ਆਣੇ। YouTube ਤੋਂ ਇਦਾਂ ਨਹੀਂ ਆਉਂਦੇ ਬ్రో। ਪਹਿਲਾਂ ਬਲੌਗ ਬਣਾਣੇ ਆ, ਪਾਣੇ ਆ 4 ਮਹੀਨੇ 6 ਮਹੀਨੇ ਪਤਾ ਨਹੀਂ ਕਦੋਂ ਤੱਕ ਪਾਣੇ ਪੈਣੇ, ਫਿਰ ਕਿਤੇ ਪੈਸੇ ਪੂਹੇ ਜੁੜਨੇ। ਇੱਥੋਂ ਇਦਾਂ ਜੁੜਦੇ ਨਹੀਂ ਆ, ਬਲੌਗ ਬਣਾਉਣ ਡਿਆ ਹੋਵੇ ਕੰਨ ਨਾਲ। ਠੀਕ ਆ, ਇਹ ਆ ਗਿਆ ਪੰਪ ਟੋਟਲ ਐਨਰਜੀ। ਤੇਲ ਪੈਟਰੋਲ ਆ ਪਾਰਕ ਆ ਸਾਡੇ ਘਰਾਂ ਦੀ, ਟੋਲ ਦੀ ਲੱਗਦੀ। ਹਾਂ ਵੀ ਹੁਣ ਕਿੱਦਾਂ ਦੱਸ, ਕੀ ਕਹਿਣਾ ਪਿਆ? ਮੈਂ ਕੁਛ ਲੈਣਾ, ਹੋਰ ਲੈਣਾ, ਹੋਰ ਕੁਛ ਘਰ ਦਿਖਾਵਾਂ ਤੁਹਾਨੂੰ, ਘਰ ਦਿਖਾਵਾਂ ਬੈਕ ਕੈਮਰੇ ਤੋਂ। ਆ ਦੇਖੋ ਘਰ ਐਡਾ ਸਾਡਾ ਦੀਆਂ ਸਾਰੀਆਂ ਕੰਧਾਂ ਹੀ ਜਿਹੜੀਆਂ ਨਾ ਉਹ ਇੱਟਾਂ ਦੀਆਂ ਹੁੰਦੀਆਂ ਪੱਕੀਆਂ, ਬਾਕੀ ਦਾ ਗੱਭਿਓ ਅੰਦਰੋਂ ਜੋ ਆ ਸਾਰਾ ਲੱਕੜ ਦਾ। ਉਹ ਦੇਖੋ ਗਾਇਸ, ਜਾਗੋ ਵਿਆਹ ਵਿਊਹ ਲਈ ਜਾਗੋ ਕੁਛ ਚਾਹੀਦੀ ਹੋਵੇ ਸਭ ਕੁਛ ਅਵੇਲੇਬਲ ਆ ਸਾਡੇ ਇੱਥੇ, ਅਤੇ ਪੰਜਾਬੀ ਜੁੱਤੀਆਂ ਹੈ ਨਾ ਸਾਰਾ ਕੁਛ ਅਵੇਲੇਬਲ ਆ ਸਾਡੇ ਇੱਥੇ। ਇਹ ਦੋਨੇ ਸ਼ਰਮਾਈ ਜਾਂਦੇ ਆ ਅਤੇ ਭੱਜੀ ਜਾਂਦੇ, ਓਏ ਸ਼ਕਲ ਇੱਧਰ ਕਰੋ, ਕੀ ਹੋਇਆ? ਚਾਰ ਪੰਜ ਸੌ ਪੌਂਡ ਆ ਰਿਹਾ ਵਾ ਸਪਨੇ ਜਾ ਰਿਹਾ ਅਜੇ ਤਾਂ। ਨਹੀਂ ਯਾਰ ਤੁਸੀਂ ਸਪੋਰਟ ਕਰੋ ਸਾਨੂੰ, ਫੇਰ ਹੀ ਪੈਸੇ ਆਣਗੇ ਪੌਂਡਾਂ 'ਚ, ਸੋਰੀ ਆਣੇ ਤਾਂ ਡੋਲਰ ਆਪਾਂ ਨੂੰ ਕਨਵਰਟ ਕਰਾਂਗੇ ਪੌਂਡਾਂ 'ਚ ਨਾ, ਕਿਉਂਕਿ ਬੈਠੇ ਤਾਂ ਸਾਰੇ ਯੂਟਿਊਬ 'ਤੇ ਪੈਸੇ ਕਮਾਉਣੇ ਆ। ਇਹ ਜਿਹੜਾ ਨਾ ਸ਼ਰਮਾ ਰਿਹਾ,
ਕਹਿੰਦਾ ਵੀ ਯਾਰ ਉਹ ਬੰਦੇ ਹੱਸਣਗੇ ਜਾਂ ਕਿੱਦਾਂ। ਮੈਂ ਕਿਹਾ ਵੀ ਜਿਹੜਾ ਹੱਸਦਾ ਜਿਹੜਾ ਵੀ ਗੱਲ ਕਰਦਾ ਵੇ ਉਹਨੂੰ ਕਹਿੰਦੇ ਭਾਈ ਐਂ ਕਰ 100 ਪਾਉਂਡ ਦੇਈ ਤਾਰਾ, ਜਾਂ ਤਾਂ ਭਾਈ ਹੱਸਣਾ ਤੂੰ ਗੱਲ ਖਤਮ। ਸਭ ਕੁਛ ਆ ਆਪਣੇ ਕੋਲ, ਇੱਥੇ ਪੂਰਾ ਪੰਜਾਬ ਹੀ ਵਸਿਆ ਹੋਇਆ ਵਾ ਇੱਥੇ। ਹਾਂ ਵੀ ਕੀ ਕਹਿਣਾ ਚਾਹੁੰਦਾ, ਹਜੇ ਸਾਡੀ ਸ਼ੋਪਿੰਗ ਮੁੱਕੀ ਨੀ, ਹਜੇ ਹੋਰ ਪਈ ਆ, ਹੋਰ ਪਈ ਆ ਦੂਜੇ ਸਟੋਰ ਚ, ਦੂਜੇ ਸਟੋਰ ਥੋੜੀ ਜਿਹੀ ਹੋਰ ਕਰਾਂਗੇ ਸ਼ੋਪਿੰਗ, ਆਟਾ ਊਟਾ ਸਬਜ਼ੀਆਂ ਸੁਬਜ਼ੀਆਂ ਲਵਾਂਗੇ, ਫੇਰੇ ਤੈਨੂੰ ਰੋਟੀ ਖਵਾਵਾਂਗੇ, ਗੱਡੀ ਖਾਲੀ ਕਰਨ ਭੇਜਿਆ ਟਿੰਕੂ ਨੂੰ, ਗੱਡੀ ਖਾਲੀ ਕਰਕੇ ਆਊਗਾ ਤੇ ਇੱਥੋਂ ਅਸੀਂ ਹੋਰ ਸਮਾਨ ਲਵਾਂਗੇ, ਫਿਰ ਘਰੇ ਜਾਵਾਂਗੇ, ਘਰੇ ਜਾ ਕੇ ਭਾਬੀਆਂ ਰੋਟੀਆਂ ਬਣਾਉਣਗੀਆਂ ਤੇ ਅਸੀਂ ਖਾਵਾਂਗੇ, ਸੋ ਜਾਵਾਂਗੇ ਬਸ। ਇਹ ਖਾਲੀ ਆ, ਹੁਣ ਆਪਾਂ ਭਰਾਂਗੇ, ਗੋਭੀ ਖਰੀਦਾਂਗੇ, ਯੇ ਖਰੀਦਾਂਗੇ, ਵੋ ਖਰੀਦਾਂਗੇ, ਉਹਦੇ ਸਬਜ਼ੀਆਂ ਇੰਡੀਆ 'ਚ ਇਹਨਾਂ ਨੇ ਭਾਵਾਂ ਕੱਖ ਇੰਡੀਆ 'ਚ ਕੁਝ ਖਰੀਦਿਆ ਨਾ ਹੋਵੇ, ਇੱਥੇ ਦੇਖਦੇ ਆ ਸਹੀ ਆ ਕਿ ਗਲਤ ਆ। ਸੁੰਦਰ ਫੁੱਲ ਹੈ, ਸੁੰਦਰ ਫੁੱਲ ਤੇ ਹੈ ਪਰ ਨਿੱਕਾ ਹੈ ਨਾ, ਇੱਕ ਹੋਰ ਲੈ ਲੈ ਫਿਰ ਦੇਖ ਲਓ। ਆਹੀ ਹਾਲ ਹੁੰਦਾ ਨਾ ਪੰਜਾਬ 'ਚ ਭਈਆਂ ਦਾ, ਇੱਦਾਂ ਆਟਾ ਲੈ ਕੇ ਜਾਂਦੇ ਹੁੰਦੇ ਘਰ ਨੂੰ, ਇੱਧਰ ਦੇਖ ਚੰਗੀ ਤਰ੍ਹਾਂ, ਇੱਦਾਂ ਆਟਾ ਲੈ ਕੇ ਜਾਂਦੇ ਹੁੰਦੇ ਭਈਏ ਪੰਜਾਬ 'ਚ, ਅਸੀਂ ਯੂਕੇ 'ਚ ਲੈ ਕੇ ਜਾ ਰਹੇ ਹਾਂ, ਅਸੀਂ ਯੂਕੇ ਲੈ ਕੇ ਜਾ ਰਹੇ ਇੱਦਾਂ ਮੋਢੇ 'ਤੇ ਚੱਕ ਕੇ। ਹੈਂ ਕਿੱਥੇ ਪਏ ਆ, 10 ਕਿਲੋ ਦੀ ਆਟੇ ਦੀ ਥੈਲੀ ਲਿਜਾਂਦੇ ਹੋਏ ਮੁੰਡੇ ਯੂਕੇ ਦੇ, ਮੁੰਡੇ ਯੂਕੇ ਦੇ ਹੈ ਨਾ, ਪਿੱਛੇ ਨਹੀਂ ਦੇਖਦਾ, ਭਾਰੀ ਬੜੀ ਥੈਲੀ ਘੁੰਮ ਨਹੀਂ ਹੁੰਦਾ। ਲੋ ਵੀ ਗਾਇਸ ਆਪਣੀ ਹੋ ਗਈ ਆ ਰਾਸ਼ਨ ਪਾਣੀ ਦੀ ਸ਼ੋਪਿੰਗ ਪੂਰੀ, ਅਤੇ ਹੁਣ ਆਪਾਂ ਘਰ ਨੂੰ ਪਰਤ ਰਹੇ ਹਾਂ, ਮੁੰਡੇ ਯੂਕੇ ਦੇ ਇਹ ਨੇ, ਮੁੰਡੇ ਯੂਕੇ ਦੇ ਦੇਖੋ, ਇੱਕ ਹੋਰ ਆਪਣੀ ਰੇਹੜੀ ਖਾਲੀ ਕਰਕੇ ਫਿਰ ਭਰ ਕੇ ਲਿਆਉਂਦੀ ਹੁਣ ਥਾਂ ਥਾਂ 'ਤੇ, ਤਾਂ ਯਾਰ ਤੁਸੀਂ ਪਾਣੀ ਪਾਣੀ ਕੀਤਾ ਪਿਆ, ਮੁੰਡੇ ਸ਼ਰਮਾਉਂਦੇ ਬੜੇ, ਹੁਣ ਕੀ ਕਰੀ, ਅੰਕਲ ਆ ਗਿਆ ਸਰਦਾਰ ਪੰਜਾਬੀ ਹੱਸਣ ਲੱਗ ਪਿਆ। ਰਾਸ਼ਨ ਤੇ 200 ਪਾਉਂਡ ਲੱਗ ਗਿਆ, ਕਿੰਨੇ ਦਿਨ ਦਾ ਰਾਸ਼ਨ ਇਹ, ਹਫ਼ਤੇ ਦਾ, ਲੈ ਭਾਈ ਹਫ਼ਤੇ ਦਾ 200 ਰਾਸ਼ਨ, 200 ਪਾਉਂਡ ਦਾ ਰਾਸ਼ਨ, ਜਿਨ੍ਹਾਂ ਨੂੰ ਪਤਾ ਉਹਨਾਂ ਕਹਿੰਦਾ ਸਾਲਿਓ ਕੀ ਖਾਂਦੇ ਹੋ, ਅਸੀਂ ਜਵਾਕਾਂ ਵਾਲੇ ਹਾਂ। ਆਹੋ ਚਲੋ ਗਾਇਸ ਘਰ ਪਹੁੰਚ ਗਏ, ਦਿਖਾਉਂਦੇ ਤੁਹਾਨੂੰ ਘਰ ਆਪਣਾ, ਅੱਛਾ ਨੀਲਾ ਜਾ। ਲਓ ਵੀ ਗਾਇਸ ਅਸੀਂ ਆਪਣੇ ਘਰ ਪਹੁੰਚ ਗਏ ਹਾਂ, ਚਲੋ ਚੁਕਾਓ ਭਾਈ, ਅਸੀਂ ਤਾਂ ਲਿਆ ਆਟੋਮੈਟਿਕ ਆ, ਅੱਛਾ ਓਕੇ ਬਾਏ, ਪਹੁੰਚ ਗਏ ਘਰੇ।